संत बाबा संतोख सिंह जी की याद विच बीबी परसिन कौर पुरेवाल समर्पित 17वां शानदार टूर्नामेंट पिंड बड्डूवाल विखे सरदार गुरदेव सिंह पुरेवाल यूएसए स्वर्गवासी सरदार परमजीत सिंह पुरेवाल के मैंबरों वालों टूर्नामेंट पिंड बड्डूवाल जिला मोगा विखे बीते दिन करवाया गया। इस टूर्नामेंट का उद्घाटन इनामों की वंट संत करतार सिंह जी और संत बाबा अर्जन सिंह जी वालों की गई। इस मौके वड्डी गिणती विच फुटबॉल कबड्डी और बुजुर्गों की दौड़ों विच खिडारियों ने भाग लिया अते अपने अपने जोहर विखाए। इन्हां खेडां विच जेतू रहने वालों नूं इनामों की वंड भी की गई। यह सारा टूर्नामेंट संत बाबा संतोख सिंह जी टूर्नामेंट कमेटी अते क्लब समूह ग्राम पंचायत पिंड बड्डूवाल मोगा के सहयोग नाल करवाया गया।
ਦੀਪ ਸਿੰਘ ਜੀ ਪਰਿਵਾਰ ਪਰਿਵਾਰ ਸਾਡਾ ਆਪਦਾ ਹੀ ਪਰਿਵਾਰ ਹੈ ਜੀ, ਜਿਨ੍ਹਾਂ ਨੇ ਪੂਰੇ ਨਗਰ ਦੇ ਨਾਲ ਮਿਲ ਕੇ ਸਹਿਯੋਗ ਕੀਤਾ। ਪੰਚਾਇਤਾਂ ਨੇ, ਹੋਰ ਇਲਾਕੇ ਦੇ ਖਿਡਾਰੀਆਂ ਨੇ ਕਿ ਇੰਨਾ ਵਧੀਆ ਮਾਹੌਲ ਇੱਥੇ ਖੇਡਾਂ ਦਾ ਬਣਾਇਆ ਗਿਆ, ਕਿਉਂਕਿ ਅੱਜ ਦਾ ਜੋ ਸਮਾਜ ਹੈ ਉਹ ਨੌਜਵਾਨ ਪੀੜ੍ਹੀ ਖਾਸ ਕਰਕੇ ਨਸ਼ਿਆਂ ਨਹੀਂ ਬਹੁਤ ਜ਼ਿਆਦਾ ਰੁਚਿਤ ਹੁੰਦੇ ਜਾਂਦੇ ਆ। ਪਰ ਬਹੁਤ ਹੀ ਵੱਡਾ ਉਪਰਾਲਾ ਹੈ, ਮੈਂ ਨਗਰ ਦਾ, ਸਾਰੇ ਦਾ, ਪੰਚਾਇਤਾਂ ਦਾ, ਗੁਰਦੇਵ ਸਿੰਘ ਜੀ ਦਾ, ਸਭ ਦਾ ਧੰਨਵਾਦ ਕਰੂੰਗਾ ਕਿ ਇੰਨਾ ਵੱਡਾ ਉਪਰਾਲਾ ਔਰ ਇੰਨਾ ਵਧੀਆ ਉਪਰਾਲਾ ਕੀਤਾ ਕਿ ਨੌਜਵਾਨਾਂ ਨੂੰ ਆਪਦੇ ਸਰੀਰ ਨੂੰ ਸਾਂਭ ਕੇ ਰੱਖਣ ਲਈ, ਸਰੀਰ ਬਣਾ ਕੇ ਇਹ 'ਚ ਬਲ ਕਾਇਮ ਰੱਖਣ ਲਈ ਇੰਨੀ ਵਧੀਆ ਗੇਮ ਬਣਾਈ ਹੈ। ਸੋ ਸਭ ਦਾ ਹੀ ਇੱਕ ਵਾਰ ਫਿਰ ਮੈਂ ਧੰਨਵਾਦ ਕਰੂੰਗਾ। ਬਹੁਤ ਬਹੁਤ ਮਿਹਰਬਾਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਸਾਹਿਬ ਸੱਚਨ ਸਿੰਘ ਜੀ ਦੌਤਰ ਵਾਲੇ ਗਿਆਰਵੀਂ ਵਾਲੇ ਪਹੁੰਚਣ 'ਤੇ ਅਸੀਂ ਉਹਨਾਂ ਦਾ ਬਹੁਤ ਹੀ ਧੰਨਵਾਦ ਕਰਦੇ ਹਾਂ। ਦੂਸਰਾ ਸਾਡੇ ਬਾਬਾ ਭੋਲਾ ਸਿੰਘ ਜੀ ਸਾਡੇ ਪਿੰਡ ਦੇ ਗੁਰੂ ਘਰ ਦੇ ਸੇਵਾਦਾਰ ਹਨ, ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਜੋ ਸੁੱਚੀ ਪਿੰਡ ਦੀ ਪੰਚਾਇਤ ਮੈਂਬਰ, ਪਿੰਡ ਦੇ ਹੋਰ ਸਹਿਯੋਗ ਸਭ ਪਰਿਵਾਰਾਂ ਦਾ ਬਹੁਤ ਜ਼ਿਆਦਾ ਹੀ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਬਹੁਤ ਹੀ ਸਹਿਯੋਗ ਦਿੱਤਾ ਹੈ ਇਸ ਕਰਕੇ ਟੂਰਨਾਮੈਂਟ ਕਰਾਈਦਾ, ਤਾਂ ਕਿ ਜੋ ਵੀ ਆਉਣ ਵਾਲੀ ਨੈਕਸਟ ਨੌਜਵਾਨ ਪੀੜ੍ਹੀ ਹੈ ਉਹ ਆਪਣੇ ਹੋਰ ਕੰਮਾਂ ਜਾਂ ਆਪਣੇ ਨਸ਼ਿਆਂ ਤੋਂ ਬਚ ਕੇ ਇੱਧਰ ਗੇਮਾਂ ਨੂੰ ਆਉਣ ਅਤੇ ਇਸ ਇਹਨਾਂ ਗੱਲਾਂ ਤੋਂ ਬਚ ਸਕਣ। ਟੂਰਨਾਮੈਂਟ ਅਸੀਂ ਆਪਣੇ ਮਾਤਾ ਜੀ ਦੇ ਨਾਂ ਦੇ ਨਾਂ ਤੇ ਕਰਦੇ ਹਾਂ, ਤਾਂ ਕਿ ਜਿਹੜੇ ਪਿੰਡ ਦੇ ਜਿੰਨੇ ਵੀ ਛੋਟੇ ਬੱਚੇ ਤੋਂ ਲਾ ਕੇ ਬੜਿਆਂ ਤੱਕ ਇਹਦੇ ਵਿੱਚ ਆਪਣੇ ਹੋਰ ਕੰਮਾਂ ਕਾਰਾਂ ਨੂੰ ਛੱਡ ਕੇ ਇੱਧਰ ਨੂੰ ਧਿਆਨ ਦਿੰਦੇ ਹਨ, ਤਾਂ ਕਿ ਉਹ ਖੇਡਾਂ ਵਿੱਚ ਕਾਮਯਾਬ ਹੋਣ ਅਤੇ ਪਿੰਡ ਦਾ ਨਾਂ ਰੋਸ਼ਨ ਕਰਨ। ਇਸੇ ਕਰਕੇ ਹੀ ਇਹ ਕਰਵਾਇਆ ਜਾ ਰਿਹਾ ਹੈ। ਸਹਿਯੋਗ ਹੈ, ਤਾਂ ਕਿ ਪਿੰਡ ਦੇ ਵਿੱਚ ਸਹਿਯੋਗ ਦੇ ਨਾਲ ਹੀ ਸਾਰੇ ਕੰਮ ਕੀਤੇ ਜਾਂਦੇ ਹਨ। ਅਸੀਂ ਆ ਕੇ ਇਸ ਕਰਕੇ ਹੀ ਇਹ ਕੰਮ ਕਰਾਉਂਦੇ ਹਾਂ ਕਿ ਜਿੰਨਾ ਵੀ ਵੱਧ ਚੜ੍ਹ ਕੇ ਹੋ ਸਕੇ ਕਿ ਪਿੰਡ ਦੇ ਨਾਲ ਜੁੜ ਕੇ ਪਿੰਡ ਨੂੰ ਹੋਰ ਉੱਚਾ ਕਰੀਏ, ਪਿੰਡ ਦੀ ਸ਼ਾਨ ਦੇ ਵਿੱਚ ਇਸਦੇ ਵਿੱਚ ਬਹੁਤ ਵਾਧਾ ਹੁੰਦਾ ਹੈ। ਇਸ ਦੇ ਨਾਲ ਜਿੰਨੇ ਵੀ ਪਿੰਡ ਦੇ ਕਾਰੋਬਾਰ ਹੋਰ ਵੀ ਕੋਈ ਕੰਮ ਕਾਰ ਦੇ ਜਾਂਦੇ ਹਨ, ਅਸੀਂ ਇਸਦਾ ਬਹੁਤ ਹੀ ਸਹਿਯੋਗ ਦੇਣ ਨੂੰ ਹਰ ਵੇਲੇ ਤਿਆਰ ਰਹਿੰਦੇ ਹਾਂ ਅਤੇ ਕਰਦੇ ਵੀ ਹਾਂ। ਦੂਸਰੀ ਗੱਲ ਇਹ ਹੈ ਕਿ ਜਿੰਨੇ ਵੀ ਬੱਚੇ ਹਨ ਅਗਰ ਉਹ ਖੇਡਾਂ ਲਵਾਉਣਗੇ, ਕੋਈ ਨਸ਼ਿਆਂ ਨੂੰ ਨਹੀਂ ਜਾਣਗੇ, ਨਸ਼ਿਆਂ ਨੂੰ ਛੱਡਣਗੇ, ਤਾਂ ਕਿ ਉਹਨਾਂ ਦੇ ਵਿੱਚ ਇਸ ਗੱਲ ਦੀ ਬਹੁਤ ਹੀ ਸਹੂਲਤਾਂ ਹੋਵੇਗੀ। ਅਤੇ ਇਸੇ ਕਰਕੇ ਇਹ ਟੂਰਨਾਮੈਂਟ ਹਰ ਸਾਲ ਕਰਾਇਆ ਜਾਂਦਾ ਹੈ। ਅਤੇ ਇਸ ਕਰਕੇ ਜਿੰਨੇ ਵੀ ਐੱਨ ਆਰ ਆਈ ਭਰਾ ਹਨ ਉਹਨਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਵੱਧ ਚੜ੍ਹ ਕੇ ਹਰ ਇੱਕ ਪਿੰਡ ਦੇ ਵਿੱਚ ਹਿੱਸਾ ਲਓ ਅਤੇ ਇਸੇ ਤਰ੍ਹਾਂ ਹੀ ਟੂਰਨਾਮੈਂਟ ਕਰਾਉਣ ਦੇ ਵਿੱਚ ਉਤਸ਼ਾਹ ਹੋਣਾ ਚਾਹੀਦਾ ਹੈ, ਤਾਂ ਕਿ ਪਿੰਡ ਦੇ ਜਿੰਨੇ ਵੀ ਬੱਚੇ ਹਨ ਉਹ ਇਸ ਕੰਮ ਵੱਲ ਨੂੰ ਨਸ਼ਿਆਂ ਨੂੰ ਛੱਡ ਕੇ ਇੱਧਰ ਨੂੰ ਹੀ ਤੁਰਨ। ਪਟੂਵਾਲ ਵੱਲੋਂ ਸਰਦਾਰ ਗੁਰਦੇਵ ਸਿੰਘ ਪੁਰੇਵਾਲ, ਸਰਦਾਰ ਸਰਗਵਾਸੀ ਪਰਮਜੀਤ ਸਿੰਘ ਪੁਰੇਵਾਲ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਇਹ ਸਾਡੇ ਪਿੰਡ ਵਾਸਤੇ ਟੂਰਨਾਮੈਂਟ ਆਏ ਸਾਲ ਟੂਰਨਾਮੈਂਟ ਕਰਾਉਂਦੇ, 17ਵਾਂ ਟੂਰਨਾਮੈਂਟ ਆ। ਅਸੀਂ ਸਾਰੀ ਗ੍ਰਾਮ ਪੰਚਾਇਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਤੇ ਦੂਜੇ ਐੱਨ ਆਰ ਆਈ ਵੀਰਾਂ ਨੂੰ ਅਪੀਲ ਕਰਦੇ ਹਾਂ ਸਾਂਝੇ ਕੰਮਾਂ ਵਾਸਤੇ ਵੱਧ ਚੜ੍ਹ ਕੇ ਹਿੱਸਾ ਲੈਣ, ਜੋ ਕਿ ਪੰਜਾਬ ਦੀ ਤਰੱਕੀ ਹੋਵੇ ਅਤੇ ਪਿੰਡਾਂ ਦੀ ਗਾਂਹ ਤਰੱਕੀ ਹੋਵੇ। ਧੰਨਵਾਦ ਪਰਿਵਾਰ ਬਰਵਾਲ। ਅਸੀਂ ਨਗਰ ਨਿਵਾਸੀ ਪਿੰਡ ਬੱਡੂਵਾਲ ਤਹਿਤ ਲੋਕ ਧੰਨਵਾਦ ਕਰਦੇ ਸਰਦਾਰ ਗੁਰਦੇਵ ਸਿੰਘ ਜੀ ਪੁਰੇਵਾਲ, ਉਹਨਾਂ ਦੇ ਛੋਟੇ ਭਰਾ ਸਰਦਾਰ ਸਰਗਵਾਸੀ ਸਾਹਿਬ ਪਰਮਜੀਤ ਸਿੰਘ ਪੁਰੇਵਾਲ, ਉਹਨਾਂ ਦੇ ਸਪੁੱਤਰ ਸਰਦਾਰ ਪਵਿੱਤਰਪਾਲ ਸਿੰਘ ਜੀ ਅਤੇ ਸਰਦਾਰ ਰਸਪਾਲ ਸਿੰਘ ਜੀ ਪੁਰੇਵਾਲ ਦਾ। ਇਹ ਪਰਿਵਾਰ ਜਿੱਥੇ ਹਰ ਸਾਲ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਮਾਤਾ ਪ੍ਰਸੰਨ ਕੌਰ ਦੀ ਯਾਦ ਵਿੱਚ ਟੂਰਨਾਮੈਂਟ ਕਰਾਉਂਦਾ, ਉਹਦੇ ਨਾਲ ਨਾਲ ਉਹ ਸਕੂਲ ਦਾ ਬੱਚਿਆਂ ਦੇ ਬੈਠਣ ਦੇ ਡੈਕਸਾਂ ਦਾ ਮਸਲਾ ਹੋਵੇ, ਉਹ ਸਿਵਿਆਂ ਦਾ ਮਸਲਾ ਹੋਵੇ, ਉਹ ਪਿੰਡ ਦੀ ਇਮਾਰਤ ਦਾ ਮਸਲਾ ਹੋਵੇ, ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਮਸਲਾ ਹੋਵੇ, ਜਿੱਥੇ ਵੀ ਪਿੰਡ ਵਾਸੀਆਂ ਨੇ, ਪਿੰਡ ਦੇ ਪਰਿਵਾਰਤੇ ਸੱਜਣਾਂ ਨੇ ਇਸ ਪਰਿਵਾਰ ਨੂੰ ਅਪੀਲ ਕੀਤੀ ਆ, ਇਸ ਪਰਿਵਾਰ ਨੇ ਦਿਲ ਖੋਲ੍ਹ ਕੇ ਦਾਨ ਕੀਤਾ, ਔਰ ਪਰਿਵਾਰ ਦਾ ਪਿੰਡ ਦਾ ਕੋਈ ਵੀ ਸਾਂਝਾ ਕੰਮ ਹੋਵੇ, ਇੱਕ ਛੋਟੇ ਜਿਹੇ ਸੱਦੇ 'ਤੇ, ਬੱਚੇ ਦੇ ਸੱਦੇ 'ਤੇ ਵੀ ਆਪਣਾ ਦਿਲ ਖੋਲ੍ਹ ਕੇ ਦਾਨ ਕਰਦੇ ਨੇ, ਕਿਉਂਕਿ ਪਰਮਾਤਮਾ ਦਿੰਦਾ ਸਾਰਿਆਂ ਨੂੰ ਹੁੰਦਾ, ਪਰ ਗਾਂਹ ਦਾਨ ਕਰਨ ਦਾ ਦਿਲ ਕਿਸੇ ਕਿਸੇ ਕੋਲ ਹੁੰਦਾ। ਜਿਵੇਂ ਐੱਨ ਆਰ ਆਈ
ਹੁਣ ਦੇ ਬਾਵਜੂਦ ਇਹਨਾਂ ਨੇ ਆਪਣੇ ਪਿੰਡ ਦੇ ਨਾਲ ਮੋਹ ਰੱਖਿਆ, ਪਿਆਰ ਰੱਖਿਆ, ਉਸਦਾ ਇਹ ਪਿੰਡ ਕਦੇ ਵੀ ਦੇ ਨਹੀਂ ਦੇ ਸਕਦਾ। ਇਸ ਪਿੰਡ ਦੇ ਬੱਚਿਆਂ ਨੂੰ ਉੱਪਰ ਪਹੁੰਚਾਉਣ ਲਈ, ਹੌਸਲਾ ਦੇਣ ਲਈ ਲੱਖਾਂ ਰੁਪਈਆ ਦੇ ਇਨਾਮ ਹਰ ਸਾਲ ਦਿੱਤੇ ਜਾਂਦੇ। ਗੁਰੂ ਕਾ ਟੁੱਟ ਲੰਗਰ 3 ਦਿਨ ਵਰਤਦਾ, ਔਰ ਜੇ ਕਿਸੇ ਵੀ ਜਗ੍ਹਾ ਦੇ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਹੋਰ ਵੀ ਮਦਦ ਦੀ ਲੋੜ ਪੈਂਦੀ ਆ ਤੇ ਪਰਿਵਾਰ ਉਸੇ ਵਕਤ ਮਦਦ ਕਰਦਾ, ਔਰ ਇਹਨਾਂ ਦੇ ਪਰਿਵਾਰ ਦੀ ਮਦਦ ਲਈ ਪੂਰੀ ਗ੍ਰਾਮ ਪੰਚਾਇਤ ਸਰਦਾਰ ਕੁਲਦੀਪ ਸਿੰਘ ਜੀ ਬੱਬੂ ਤੇ ਪਿੰਡ ਦੇ ਜਿੰਨੇ ਵੀ ਮੈਂਬਰ ਪੰਚਾਇਤ ਇੱਥੇ ਹਾਜ਼ਰ ਨੇ, ਪਿੰਡ ਵਾਸੀ, ਉਹ ਕੋਟ ਕੋਟ ਧੰਨਵਾਦ ਕਰਦੇ ਹੋਏ ਅੱਗੇ ਤੋਂ ਵੀ ਆਸ ਕਰਦੇ ਆ ਕਿ ਪਰਿਵਾਰ ਇਸੇ ਤਰ੍ਹਾਂ ਹੀ ਇਸ ਪਿੰਡ ਦੇ ਉੱਪਰ ਆਪਣਾ ਮਿਹਰ ਪੱਤਿਆ ਹੱਥ ਰੱਖੂਗਾ, ਔਰ ਪਿੰਡ ਵਾਸੀ ਸਾਡੇ ਇਹਨਾਂ ਦਾ ਮਾਣ ਸਨਮਾਨ ਇਸੇ ਤਰ੍ਹਾਂ।